ਥਾਵਰ ਚੰਦ ਗਹਿਲੋਤ ਨੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦਾ ਚਾਰਜ ਸੰਭਾਲ ਲਿਆ ਹੈ। ਉਹਨਾਂ ਨਾਲ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਅਧਿਕਾਰੀਆਂ ਨੇ ਥਾਵਰ ਚੰਦ ਗਹਿਲੋਤ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਦਾ ਸਵਾਗਤ ਕੀਤਾ। ਗਹਿਲੋਤ ਨੇ ਲਗਾਤਾਰ ਦੂਸਰੀ ਵਾਰ ਮੋਦੀ ਮੰਤਰੀ ਮੰਡਲ ਵਿੱਚ ਆਪਣਾ ਚਾਰਜ ਸੰਭਾਲਿਆ ਹੈ। ਮੋਦੀ ਸਰਕਾਰ ਦੇ 2014 ਦੇ ਪਹਿਲੇ ਕਾਰਜਕਾਲ ਦੌਰਾਨ ਵੀ ਗਹਿਲੋਤ ਨੂੰ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਵੀ ਭਾਰੀ ਉਦਯੋਗ ਅਤੇ ਸਰਵਜਨਿਕ ਉੱਦਮ ਮੰਤਰੀ ਵਜੋਂ ਆਪਣਾ ਚਾਰਜ ਸੰਭਾਲਿਆ। ਇਸ ਮੌਕੇ ਉਹਨਾਂ ਦੇ ਸਟਾਫ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੇ ਮੰਤਰਾਲੇ ਪਹੁੰਚਣ 'ਤੇ ਉਹਨਾਂ ਦਾ ਸਵਾਗਤ ਕੀਤਾ। ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਅਰਵਿੰਦ ਸਾਵੰਤ ਨੇ ਕਿਹਾ ਕਿ ਉਹ ਕੁਝ ਉਦਯੋਗਾਂ ਨੂੰ ਪੁਨਰਜੀਵਿਤ ਕਰਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹਨ। ਮੰਤਰਾਲੇ ਕਾ ਇੱਕ ਵਿਭਾਗ ਕੈਬਨਿਟ ਮੰਤਰੀ ਹੋਣੇ ਕੇ ਨਾਤੇ ਮੇਰੇ ਪਾਸ ਜੋ ਹੈਵੀ ਇੰਡਸਟਰੀਜ਼ ਔਰ ਪਬਲਿਕ ਇੰਟਰਪ੍ਰਾਈਜ਼ ਡਿਪਾਰਟਮੈਂਟ ਆਇਆ ਹੈ, खास करके देश में अगर उद्योगों की बात करें तो उसमें कुछ सुधार की आवश्यकता है, कुछ नए संकल्प लेकर आगे चलने की आवश्यकता है। मेरे विभाग से अगर बात करें तो मुझे लगता है बेरोजगारी का विषय मेरे से नजदीक जुड़ा हुआ है। अगर मैं इस कुर्सी पर बैठकर कुछ उद्योगों को जीवित कर पाया, पुनर्जीवित कर पाया, पुनर्विकसित कर पाया तो मेरे लिए एक बड़ा समाधान होगा, वही मेरा उद्दिष्ट होगा, ताकि रोजगार मैं निर्माण कर सकूं।